घटना वापरी सब तो पहला मेरा सवाल यही है उस घटना किस तरह देखते हो तुसी जिन्ने मुंह ने उन्नियां गल्लां है कोई किसी के खिलाफ बोली जांदा कोई किसी के खिलाफ बोली जांदा ये सानू नहीं लैना चाहिए जिहड़ा पिंड का सरपंच है और होर भी उत्थों दे बंदे जिहड़े ने उत्थों दीआं रिपोर्टां ये आ रहीआं ने कि वो ये गल कह रहे ने कि यह बंदा कदी साडे तरन तार तक नहीं गया तो यह दिल्ली किवें चले गया और अगे कदी आया नहीं। 12 तरीक नूं उह घर सी शाम तक उत्थे पिंड च उस बंदे नूं उत्थों लै के कौन आया जो गड्डी ते आया तो गड्डी किहदी आ। ਨਿਹੰਗ ਸਿੰਘ ਕਹਿ ਰਹੇ ਕਿ ਘਟਨਾ ਜਿਹੜੀ ਹੈ ਅਸੀਂ ਉਸਨੂੰ ਅੰਜਾਮ ਦਿੱਤਾ ਜੋ ਕਿ ਠੀਕ ਕੀਤਾ ਤੁਸੀਂ ਤੁਹਾਡਾ ਮੰਨਣਾ ਕੀ ਇਸ ਤੋਂ ਇਹ ਸਾਡਾ ਮੰਨਣ ਦੀ ਕਿਹੜੀ ਗੱਲ ਹੈ ਜਦੋਂ ਉਹਨਾਂ ਨੇ ਆਪ ਹੀ ਦੇ ਦਿੱਤਾ ਜਿਹਦਾ ਸਟੈਂਡ ਸੀਗਾ ਉਸ ਚੀਜ਼ ਨੂੰ ਕਿੱਦਾਂ ਦੇ ਮੋਰਚੇ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਸੁਰੱਖਿਆ ਦੇ ਇੰਤਜ਼ਾਮ ਜਿੱਦਾਂ ਪਹਿਲਾਂ ਹੁੰਦੇ ਸੀ ਉਹ ਜਿਹੇ ਇੰਤਜ਼ਾਮ ਹੋਣੇ ਚਾਹੀਦੇ ਹੈ ਜੀ ਸਾਡੀ ਇਹ ਜਿੰਨੀ ਕੁ ਜ਼ਿੰਮੇਵਾਰੀ ਸਾਡੀ ਬਣਦੀ ਹੈ ਉਹ ਅਸੀਂ ਆਪਣੀ ਨਿਭਾ ਰਹੇ ਹਾਂ ਕਿੰਨੇ ਵੱਡੇ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਨੇ ਉਹ ਕੋਈ ਨਾ ਕੋਈ ਕਮੀ ਪੇਸ਼ੀ ਤਾਂ ਕੋਈ ਹੁੰਦੀ ਹੈ। ਨਿਹੰਗ ਸਿੰਘਾਂ ਦੇ ਜਥੇਬੰਦੀਆਂ ਦਾ ਕੀ ਕਹਿਣਾ ਸੀ ਕੱਲ ਜਦੋਂ ਇਹ ਘਟਨਾ ਹੋਈ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਠੀਕ ਹੈ ਅਸੀਂ ਇਹ ਜੋ ਵੀ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਸੰਬੰਧ ਵਿੱਚ ਉਹਦੇ ਸਤਿਕਾਰ ਵਜੋਂ ਕੀਤਾ ਵੀ ਅੱਜ ਤੱਕ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ ਤੇ ਸਾਡੇ ਜੋ ਵੀ ਹੋਵੇਗਾ ਅਸੀਂ ਕਰਾਂਗੇ ਉਹ ਆਪਣੇ ਤੇ ਲੈ ਰਹੇ ਨੇ। ਕਰਨ ਜਾ ਰਹੇ ਹਾਂ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰ ਸਕਣ ਮੋਰਚੇ ਦੇ ਵਿੱਚ। ਆਪਣੀ ਜੋ ਜ਼ਿੰਮੇਵਾਰੀ ਸਾਡੀ ਬਣਦੀ ਆ ਹੁਣ ਤੱਕ ਵੀ ਅਸੀਂ ਨਿਭਾਈ ਆ ਤੇ ਅੱਗੇ ਵੀ ਅਸੀਂ ਜਿਹੜੀ ਇਹ ਨਿਭਾਵਾਂਗੇ। ਸਿੰਘੂ ਬਾਰਡਰ ਤੇ ਜੋ ਕੱਲ ਦਰਦਨਾਕ ਘਟਨਾ ਵਾਪਰੀ ਉਸ ਘਟਨਾ ਤੋਂ ਬਾਅਦ ਲੋਕਾਂ ਨੂੰ ਤੇ ਨਿਹੰਗ ਸਿੰਘਾਂ ਨੂੰ ਸ਼ਾਂਤ ਕਰਾਉਣ ਦਾ ਕੰਮ ਕੀਤਾ ਬਲਦੇਵ ਸਿੰਘ ਸਿਰਸਾ ਹੁਣਾਂ ਨੇ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ। ਸਿਰਸਾ ਸਾਹਿਬ ਕੱਲ ਜੋ ਘਟਨਾ ਵਾਪਰੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਉਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਦੇਖਿਆ ਜਾਵੇ ਤਾਂ ਹੁਣ ਤੱਕ ਨੁਮਾਇੰਦਗੀ ਤੁਸੀਂ ਕਰਦੇ ਰਹੇ ਹੋ ਪੰਥਕ ਧਿਰਾਂ ਬਾਰੇ ਬੋਲਦੇ ਰਹੇ ਹੋ ਖੁੱਲ੍ਹ ਕੇ ਕਿਸ ਤਰ੍ਹਾਂ ਦੇਖਦੇ ਹੋ ਕੱਲ ਜੋ ਘਟਨਾ ਵਾਪਰੀ? ਦੇਖੋ ਜਿਹੜੀ ਕੱਲ ਦੀ ਘਟਨਾ ਵਾਪਰੀ ਹੈ ਨਾ ਉਸ ਘਟਨਾ ਦੇ ਨਾਲ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਕਿ ਜਿਸ ਤਰ੍ਹਾਂ ਜੋ ਕਿ ਭਗਵੰਤ ਸਿੰਘ ਹੈ ਜਿਹੜੇ ਜਥੇਬੰਦੀ ਨਿਹੰਗ ਸਿੰਘ ਜਥੇਬੰਦੀ ਜਿਹੜੀ ਆ ਹੈਗੀ ਆ ਮੋਇਆਂ ਦੀ ਮੰਡੀ ਵਾਲੇ ਜਿਹੜੇ ਨੇ ਉਹਨਾਂ ਨੇ ਜੋ ਦੱਸਿਆ ਉਹਦੇ ਮੁਤਾਬਕ ਤਾਂ ਸਾਰਿਆਂ ਨੂੰ ਪਤਾ ਵੀ 3:30 ਵਜੇ ਉਹਨਾਂ ਦੇ ਉੱਥੋਂ ਜਿੱਥੇ ਮਹਾਰਾਜ ਦੀ ਪਾਲਕ ਸੀ ਅਤੇ ਉੱਥੋਂ ਪੋਥੀ ਜਿਹੜੀ ਆ ਸਰਵਲੋ ਦੀ ਉਹ ਲੈ ਗਏ। ਉਸ ਤੋਂ ਬਾਅਦ ਜੋ ਵੀ ਹੋਇਆ ਜਿਸ ਤਰ੍ਹਾਂ ਆਇਆ ਉਹ ਸਭ ਨੂੰ ਪਤਾ ਜੋ ਹੋ ਚੁੱਕਾ। ਮੈਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਜਾਵਾਂਗਾ। ਜੋ ਮੈਂ ਇਹਦੀ ਮੇਰੇ ਕੋਲ ਜਿਹੜੀ ਰਿਪੋਰਟਾਂ ਹੁਣ ਮਿਲੀਆਂ ਨੇ ਉਹ ਬਹੁਤ ਹੀ ਅਹਿਮ ਨੇ ਅਤੇ ਉਹਨਾਂ ਉਹ ਧਿਆਨ ਮੰਗਦੀਆਂ ਨੇ। ਉਹ ਕੀ ਹੈ ਕਿ ਜਿਹੜਾ ਪਿੰਡ ਦਾ ਸਰਪੰਚ ਹੈ ਔਰ ਹੋਰ ਵੀ ਉੱਥੋਂ ਦੇ ਬੰਦੇ ਜਿਹੜੇ ਨੇ ਉੱਥੋਂ ਦੀਆਂ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਉਹ ਇਹ ਗੱਲ ਕਹਿ ਰਹੇ ਨੇ ਕਿ ਇਹ ਬੰਦਾ ਕਦੀ ਸਾਡੇ ਤਰਨ ਤਾਰਨ ਤੱਕ ਨਹੀਂ ਗਿਆ ਅਤੇ ਇਹ ਦਿੱਲੀ ਕਿਵੇਂ ਚਲੇ ਗਿਆ ਔਰ ਅੱਗੇ ਕਦੀ ਆਇਆ ਨਹੀਂ। ਇਹਦੀ ਪੜਤਾਲ ਉਹਨੇ ਮੈਨੂੰ ਇਹ ਗੱਲ ਕਹੀ ਆ ਕਿ ਤੁਸੀਂ ਜਿਹੜੀ ਪੜਤਾਲ ਆ ਇਹਦੀ ਜਿਹੜਾ ਉਹ ਕਿਸੇ ਏਜੰਸੀ ਤੋਂ ਜਿਹੜੀ ਆ ਨਿਰਪੱਖ ਹੋਣੀ ਚਾਹੀਦੀ ਆ ਔਰ ਉਹਦਾ ਇਹ ਵੀ ਕਹਿਣਾ ਸੀ ਕਿ ਇਹਨੂੰ ਜਿਹੜਾ ਇੱਥੋਂ ਬਲੈਰੋ ਗੱਡੀ ਦੇ ਉੱਤੇ ਜਿਹੜਾ ਕੋਈ ਬੰਦੇ ਲੈ ਕੇ ਗਏ ਨੇ। 12 ਤਰੀਕ ਨੂੰ ਉਹ ਘਰ ਸੀ ਸ਼ਾਮ ਤੱਕ ਉੱਥੇ ਪਿੰਡ 'ਚ ਆਓ ਇਸੇ 12 ਨੂੰ ਜਦੋਂ ਕਿ 14 ਕੱਲ੍ਹ ਇਹ ਘਟਨਾ ਵਾਪਰਦੀ ਆ 15 ਤਰੀਕ ਨੂੰ 15 ਨੂੰ ਘਟਨਾ ਵਾਪਰਦੀ ਆ ਲੇਕਿਨ 12 ਤਰੀਕ ਨੂੰ ਉਹ ਆਪਣੇ ਪਿੰਡ 'ਚ ਸੀ ਇਹ ਤਾਂ ਹੈ ਨਹੀਂ ਪਿਓ ਟਕਾ ਗਿਆ। 13 ਤਰੀਕ ਨੂੰ ਇੱਥੇ ਉਹ ਪਹੁੰਚਿਆ ਹੋਊਗਾ ਅਤੇ 14 ਦੀ ਰਾਤ ਨੂੰ ਤਾਂ ਇਹ ਘਟਨਾ ਵਾਪਰ ਗਈ 14 ਅਤੇ 15 ਦੀ ਰਾਤ ਨੂੰ ਇਹ ਘਟਨਾ ਜਿਹੜੀ ਆ ਇਹ ਵਾਪਰ ਗਈ। ਸੋ ਜਿਸ ਕਰਕੇ ਇਹ ਜਿਹੜੀ ਘਟਨਾ ਹੈ ਇਹ ਬਹੁਤ ਹੀ ਬਰੀਕੀ ਦੇ ਨਾਲ ਪੜਤਾਲ ਕਰਾਉਣੀ ਬਣਦੀ ਆ ਕਿ ਉਸ ਬੰਦੇ ਨੂੰ ਉੱਥੋਂ ਲੈ ਕੇ ਕੌਣ ਆਇਆ ਜੋ ਗੱਡੀ 'ਤੇ ਆਇਆ ਤਾਂ ਗੱਡੀ ਕਿਹਦੀ ਆ ਇਹ ਤਾਂ ਜਿਹੜੀ ਆ ਬਹੁਤ ਬਰੀਕੀ ਨਾਲ ਪੜਤਾਲ ਕਰਨੀ ਬਣਦੀ ਆ। ਔਰ ਅੱਜ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਸਵਾਲ ਉੱਠ ਰਹੇ ਨੇ ਜਿੰਨੇ ਮੂੰਹ ਨੇ ਉਨੀਆਂ ਗੱਲਾਂ ਹੈ ਕੋਈ ਕਿਸੇ ਦੇ ਖਿਲਾਫ ਬੋਲੀ ਜਾਂਦਾ ਕੋਈ ਕਿਸੇ ਦੇ ਖਿਲਾਫ ਬੋਲੀ ਜਾਂਦਾ ਇਹ ਸਾਨੂੰ ਨਹੀਂ ਲੈਣਾ ਚਾਹੀਦਾ। ਸਾਨੂੰ ਇਹਦੇ ਪਿੱਛੇ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਜਿਹੜੀਆਂ ਸਰਕਾਰ ਦੀਆਂ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਨੇ ਉਹਨਾਂ ਨੇ ਇਸ ਅੰਦੋਲਨ ਨੂੰ ਖਦੇੜਨ ਵਾਸਤੇ ਹੁਣ ਤੱਕ ਕੀ ਕੁਛ ਕੀਤਾ ਹੈ। ਉਹਨਾਂ ਨੇ 2 ਦਸੰਬਰ ਤੋਂ ਤੁਹਾਡੇ ਸਾਹਮਣੇ ਅਸੀਂ ਜਿਹੜੇ ਸ਼ਰਾਰਤੀ ਅਨਸਰ ਉਹ ਫੜਾਉਣੇ ਸ਼ੁਰੂ ਕਰ ਦਿੱਤੇ
औरतां फड़ाइया, नौजवान लड़कियां फड़ाइया, इत्थे जिहड़े सी नौजवान बंदे फड़ाए, शरारती अंसर फड़ाए, एफ आई आर कराइया, एप्लीकेशन कराइया। और बीजेपी दे दिल्ली प्रभारी वालों अपने लैटर पैड ते आर एस एस ते जिहड़े हैगे ने तुहाडे बीजेपी दे वर्कर, उन्हां नूं चिट्ठी लिखनी कि तुसीं इस मोर्चे नूं खदेड़न वास्ते कुछ भी कर दिओ, जे अगन हथियार भी वरताओगे ते वरतोगे ते तां वी तुहाडे ते कोई कारवाई नहीं होवेगी। साढ़े जिहड़े बंदे ही फड़े, उन्हां ने इत्थों तक दस्सिया कि जिहड़ी बीजेपी है, ये सरकार है ते आर एस एस ये रल के जो कुछ कर रहे ने, भी इन्हां ने किसानी भेस विच किसानां दे विच बंदे फिट कीते ने, ते जिहड़ी पुलिस है उहदे विच पुलिस वर्दी विच जिहड़े ने उह आर एस एस दे बंदे ने, जिहड़े किसानां च ने उहनां ने पुलिस दे उत्ते पत्थरबाजी करन वास्ते उहनां दी बिहुंतबंदी है, और जिहड़े पुलिस वर्दी च ने उहनां ने किसानां दे उत्ते गोली चलाउण वास्ते बिहुंतबंदी है। ਵੀ ਇਹ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਹੱਥਕੰਡੇ ਅਪਣਾ ਰਹੇ ਨੇ। ਜਿਹੜੀਆਂ ਲੈ ਕੇ ਮੋਰਚੇ ਦੇ ਸਟੈਂਡ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਕੱਲ ਜੋ ਮੋਰਚੇ ਦਾ ਸਟੈਂਡ ਸੀਗਾ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਮੈਂ ਤਾਂ ਤੁਹਾਡੇ ਸਾਹਮਣੇ ਉੱਥੇ ਵੀ ਗਿਆ ਤੇ ਮੈਂ ਇਹ ਬੇਨਤੀ ਕਰਾਂਗਾ ਕਿ ਅਸੀਂ ਇਹ ਸਮਝਦੇ ਹਾਂ ਕਿ ਮੋਰਚੇ ਦਾ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਇਹ ਧਰਮ ਗ੍ਰੰਥ ਦੀ ਜਿਹੜੀ ਆ ਬੇਅਦਬੀ ਕੀਤੀ ਗਈ ਆ, ਔਰ ਉਹਨਾਂ ਦੇ ਦੱਸਣ ਦੇ ਮੁਤਾਬਕ ਸਾਰਾ ਕੁਛ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਦੱਸ ਰਹੇ ਨੇ। ਜਦੋਂ ਉਹਨਾਂ ਤੋਂ ਪੁੱਛਿਆ, ਮੈਂ ਵੀ ਗਿਆ ਉਹਨਾਂ ਕੋਲ, ਸਾਰੀ ਗੱਲ ਉਹਨਾਂ ਨਾਲ ਕੀਤੀ ਆ, ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜੇ ਕਿਤੇ ਯਾਰ ਤੁਸੀਂ ਇਹ ਬੰਦੇ ਦੀ ਮੌਤ ਨਾ ਹੁੰਦੀ ਤਾਂ ਅਸੀਂ ਇਹ ਤੋਂ ਪੁੱਛ ਪੜਤਾਲ ਕਰਕੇ ਕਰਨਾ, ਤਾਂ ਉਹਨਾਂ ਨੇ ਜਵਾਬ ਬੜਾ ਮੈਨੂੰ ਅੱਗੋਂ ਜਿਹੜਾ ਸੀ ਉਹ ਦਿੱਤਾ। ਉਹ ਕਹਿਣ ਲੱਗੇ ਵੀ ਇਹ ਦੱਸੋ ਵੀ ਹੁਣ ਤੱਕ ਜਿਹੜੀਆਂ ਨੇ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਨੇ, ਕਿਸੇ ਵੀ ਬੇਅਦਬੀ ਨੂੰ ਦੇ ਜਿਹੜਾ ਦੋਸ਼ੀ ਸੀ ਪੁਲਿਸ ਨੂੰ ਫੜਾਉਣ ਤੋਂ ਬਾਅਦ, ਕੀ ਅੱਜ ਤੱਕ ਉਹਦੀ ਇਨਵੈਸਟੀਗੇਸ਼ਨ ਹੋ ਕੇ ਉਹਨਾਂ ਦੇ ਸਾਹਮਣੇ ਕੋਈ ਲੈਂਦਾ ਵੀ ਉਹਦੇ ਪਿੱਛੇ ਕੌਣ ਆ? ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਕੁਝ ਸਾਲ ਪਹਿਲਾਂ ਪੀੜਾ ਸਾਹਿਬ ਦੇ ਉੱਤੇ ਇੱਕ ਆਦਮੀ ਜਿਹੜਾ ਜੰਗਲਾ ਟੱਪ ਕੇ ਛਾਲ ਮਾਰ ਕੇ ਬੈਠ ਜਾਂਦਾ, ਨੌਜਵਾਨ ਮੁੰਡਾ ਸੀ ਉਹਨੂੰ ਮੈਂਟਲ ਕਿਹਾ ਗਿਆ। ਇਸੇ ਤਰ੍ਹਾਂ ਆਹ ਤੁਹਾਡੇ ਸਾਹਮਣੇ ਹੁਣ ਆਨੰਦਪੁਰ ਸਾਹਿਬ 'ਚ ਜਿਹੜੀ ਘਟਨਾ ਵਾਪਰੀ ਆ, ਕਿਉਂਕਿ ਆਪਾਂ ਕੜੀ ਦਾ ਕੜੀ ਜੋੜੀਏ, ਅਤੇ ਇਹ ਜਿਹੜੀ ਉੱਥੇ ਆਨੰਦਪੁਰ ਸਾਹਿਬ 'ਚ ਜਿਹੜੀ ਘਟਨਾ ਵਾਪਰੀ ਆ, ਜਿਹੜਾ ਉਹ ਬੰਦਾ ਇੱਕ ਆਦਮੀ ਸਿਰਗਟ ਪੀ ਕੇ ਅਤੇ ਉਹ ਰਾਗੀਆਂ ਵੱਲ ਉੱਥੇ ਸੁੱਟਦਾ ਅਤੇ ਧੂੰਆਂ ਛੱਡਦਾ ਅਤੇ ਉਹ ਬੰਦਾ ਉੱਥੇ ਫੜਿਆ ਜਾਂਦਾ ਅਤੇ ਉਹਨੂੰ ਵੀ ਇਹ ਮੈਂਟਲ ਕਹਿੰਦੇ ਨੇ। ਇਸੇ ਤਰ੍ਹਾਂ ਤਾਰਾ ਨਗਰ ਪਿੰਡ ਹੈ ਜ਼ਿਲ੍ਹਾ ਮੇਰਠ ਵਿੱਚ, 2 ਮਹੀਨੇ ਪਹਿਲਾਂ ਮੈਂ ਉੱਥੇ ਵੀ ਜਾ ਕੇ ਆਇਆ, ਉੱਥੇ ਮਹਾਰਾਜ ਦੇ ਸਰੂਪ ਦੇ ਜਿਹੜੇ ਪੱਤਰੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਨੇ ਉਹ ਪਾੜੇ ਗਏ ਨੇ, ਅਤੇ ਉੱਥੇ ਵੀ ਉਹ ਜਿਹੜੇ ਕਹਿੰਦੇ ਨੇ ਕਿ ਇਹ ਤਾਂ ਜੀ ਮੈਂਟਲ ਹੈ, ਔਰ ਉਸ ਬੰਦੇ ਨੂੰ ਹਸਪਤਾਲ ਰੱਖਿਆ ਗਿਆ ਅਤੇ 1 ਮਹੀਨਾ ਹਸਪਤਾਲ ਰੱਖ ਕੇ ਅਤੇ ਮੁੜ ਕੇ ਜਿਹੜੀ ਉਹਦੀ ਜ਼ਮਾਨਤ ਜਿਹੜੀ ਆ ਲਈ ਗਈ ਆ। ਸੋ ਉਹਨਾਂ ਦਾ ਇਹ ਕਹਿਣਾ ਸੀ ਵੀ ਅੱਜ ਤੱਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ, ਅਤੇ ਇਸ ਕਰਕੇ ਅਸੀਂ ਜਿਹੜਾ ਸੀ ਇਹ ਕੰਮ ਜਿਹੜਾ ਕੀਤਾ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੀਤਾ ਅਤੇ ਅਸੀਂ ਮੰਨਦੇ ਹਾਂ, ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਕਿ ਮੋਰਚੇ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਇਹ ਗੱਲ ਉਹ ਕਲੀਅਰ ਗੱਲ ਕਰ ਰਹੇ ਨੇ। ਔਰ ਉਹਨਾਂ ਨੇ ਅਖਬਾਰ ਮਤਲਬ ਕਿ ਸਾਰੀ ਗੱਲ ਇਹ ਵੀਡੀਓ ਵਾਇਰਲ ਹੋਈਆਂ ਨੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਨੂੰ ਇਸ ਘਟਨਾ ਦਾ 5 ਵਜੇ ਸਵੇਰੇ ਪਤਾ ਲੱਗ ਗਿਆ, ਪੁਲਿਸ ਇਹ ਗੱਲ ਮੰਨਦੀ ਆ ਵੀ 5 ਵਜੇ ਪਤਾ ਲੱਗ ਗਿਆ। ਜਦੋਂ 5 ਵਜੇ ਪਤਾ ਲੱਗ ਗਿਆ ਤਾਂ ਫਿਰ ਇਹ ਦੱਸੋ ਵੀ 5:30 ਵਜੇ ਜਿਹੜਾ 5:35 'ਤੇ ਉਹਦੀ ਜਿਹੜੀ ਆ ਉਹ ਲੱਤ ਵੱਢੀ ਜਾਂਦੀ ਆ, ਉਸ ਤੋਂ ਬਾਅਦ ਉਹਦੀ ਜਿਹੜੀ ਮੌਤ ਹੁੰਦੀ ਆ। ਪੁਲਿਸ ਸਰ 5 ਮਿੰਟਾਂ ਦਾ ਵੀ ਰਸਤਾ ਨਹੀਂ ਹੈਗਾ, ਸਾਰਾ 2-3 ਮਿੰਟ ਦਾ ਰਸਤਾ ਹੈ ਜਿੱਥੋਂ ਇਹ ਥਾਣੇ ਕੁੰਡਲੀ ਥਾਣੇ ਤੋਂ ਜਿੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਸੋ ਪੁਲਿਸ ਨੂੰ ਜੇ ਪਤਾ ਲੱਗ ਗਿਆ ਪੁਲਿਸ ਉੱਥੇ ਕਿਉਂ ਨਹੀਂ ਪਹੁੰਚੀ? ਫਿਰ ਉਹਨਾਂ ਨੇ ਜਦੋਂ ਇਹ ਗੱਲ ਕਹੀ ਆ ਕਿ ਇਹ ਸਾਡਾ ਧਾਰਮਿਕ ਮਸਲਾ ਹੈ ਅਤੇ ਇਹ ਸਿੱਖ ਕੌਮ ਦੇ ਨਾਲ ਜਿਹੜਾ ਜੋੜ ਕੇ ਵੀ ਇਹਦਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਅਤੇ ਅਸੀਂ ਇਹ ਸਾਰਾ ਕੁਝ ਕੀਤਾ, ਅਤੇ ਫਿਰ ਇਹ ਦੱਸੋ ਵੀ ਉਹਨਾਂ ਨੇ ਐਫ ਆਈ ਆਰ ਕਿਉਂ ਨਹੀਂ ਕੀਤੀ? ਵੀ ਇਹ ਜਿਹੜੀਆਂ ਚੀਜ਼ਾਂ ਬੇਨਾਮੀ ਐਫ ਆਈ ਆਰ ਕਰਨੀ, ਇਸ ਕੇਸ ਨੂੰ ਉਲਝਾਉਣਾ, ਉਹ ਕੀ ਸੋਚਦੇ ਨੇ, ਇਹ ਸਰਕਾਰ ਕੀ ਸੋਚਦੀ ਆ ਕਰਦੀ ਆ? ਅਸੀਂ ਇਹ ਸਮਝਦੇ ਹਾਂ ਕਿ ਇਹਦੇ ਵਿੱਚ ਇੱਥੇ ਧਾਰਮਿਕ ਭਾਵਨਾ ਨੂੰ ਭੜਕਾਉਣ ਲਈ ਸਰਕਾਰ ਦੀਆਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹਨਾਂ ਵੱਲੋਂ ਪਹਿਲਾਂ ਤਾਂ ਬਾਰ ਬਾਰ ਜਿਹੜੇ ਸੀ ਇਹ ਕਾਂਡ ਵਾਪਰੇ, ਆਨੰਦਪੁਰ ਵਾਲਾ ਵਾਪਰਿਆ, ਪਟਿਆਲੇ ਵਾਲਾ ਵਾਪਰਿਆ, ਮੇਰਠ ਵਾਲਾ, ਤਾਰਾਨਗਰ ਵਾਲਾ ਵਾਪਰਿਆ, ਅਤੇ ਉਹ ਕਿਤੇ ਵੀ ਇਹਨਾਂ ਦੀ ਸਾਜਿਸ਼ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ। ਅਤੇ ਮੇਰੀ ਜੋ ਸੋਚ ਹੈ, ਮੈਂ ਇਹ ਸਮਝਦਾ ਕਿ ਇਹ ਸਰਕਾਰ ਦੀ ਅਤੇ ਇਹਨਾਂ ਦੀ ਏਜੰਸੀਆਂ ਦੀ ਇੱਕ ਪਲੈਨਿੰਗ ਹੈ ਕਿ ਇੱਥੇ ਮੋਰਚੇ ਦੇ ਵਿੱਚ ਇਹ ਕਰੋ ਅਤੇ ਮੋਰਚਾ ਜਿਹੜਾ ਇੱਥੇ ਜਿਹੜੀਆਂ ਧਾਰਮਿਕ ਭਾਵਨਾ ਲੋਕਾਂ ਦੀਆਂ ਭੜਕਣਗੀਆਂ ਅਤੇ ਇਹ ਆਪਸ ਵਿੱਚ ਵੱਡਾ ਘੱਟ ਹੋਊਗੀ ਅਤੇ ਅਸੀਂ ਇਸ ਜਿਹੜਾ ਅੰਦੋਲਨ ਨੂੰ ਜਿਹੜਾ ਇਹ ਤਾਰ ਪੀਡੋ ਕਰਕੇ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰਾਂ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਮੋਰਚਾ ਜਿਹੜਾ ਉਹ ਬਿਲਕੁਲ ਠੀਕ ਠਾਕ ਚੱਲ ਰਿਹਾ, ਲੇਕਿਨ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਸਮੇਂ ਸਮੇਂ ਅੱਜ ਵੀ ਹੁਣ ਵੇਖੋ ਤੁਸੀਂ ਜਿਹੜੀ ਅੱਗ ਲੱਗੀ ਹੈ,
पहला भी कहने अग लगी और जो अग लगी है जिस झोंपड़ी अग लगी है तुम खुद वेख के आए होते भाई वो अंदर बंदे जड़े ने सुते हुए यार अंदर सुते बंद जरा झोंपड़ी अग लगनी कि वो पिछे कोई साजिश नहीं होगी किस तरह उत्थे अग लग गई कि उत्थे कोई चूल्हा बालिया किसी ने इस करके जड़िया अगर इस समय जड़िया घटनावां वापरिया ने यह सरकार की एक साजिश सब तो लगता नहीं कि सुरक्षा के इंतजाम जिदा पहला होंगे उहो जिहे इंतजाम होने चाहिए जिथे गुरु साहब का सरूप पिया उत्थे भी सेवादारां दी ड्यूटी भी लगी होनी चाहिए हालांकि वह कह रहे कि सेवादार इशनान करने वास्ते गए उस तो बाद घटना वापरती है तुहानूं लगता मोर्चे वालों भी कोई ना कोई प्रबंध होने चाहिए है देखो हर कैंप की संभाल की जिहड़ी जिम्मेवारी है ना वह कैंप वालियां दी है और जे वह 3:30 बजे वह घटना वापरी है तो उस टाइम पर वो जो सिंह है भगवंत सिंह उन्हें जो वेख लिया भी रमाले खिल रहे हुए हैं तो पोथी जी उतो गायब है तो उस टाइम पर उन्होंने भज नठ जी करनी शुरू कर दी बाकी वेखो एडा वड्डा ये मोर्चा है ये इस मोर्चे के साड़िया जड़िया पहलियां ड्यूटियां और तुम वेखते रहे हो कि मैं तो 2:00 बजे तक रात भी हूँ 12 बजे जोड़ा सी उत्थे जोड़ा राउंड ला के आया तो ये यह है कि साड़ी ये जिनी क जिम्मेवारी साड़ी बनती है वो असी अपनी निभा रहे हैं कि ये जिस तरह असी ये हूँ आ जोड़ा सिंघू बॉडर देते ये असी एक ब्लॉक बना दते हैं मतलब जोन बना दते हैं तो उन्होंने जोनों के ड्यूटियां भी लाइया ने बंद दियाँ फिर भी एडे वे इस अंदोलन के जड़िया ने वो कोई ना कोई कमी पेशी तो कोई होंगी है जिस तालमेल सारा जिहड़ा भी बनाया निहंग सिंघां दे नाल पुलिस दे नाल या मोर्चे दे आगुआं दे नाल तुहानूं क्रेडिट जांदा कि कल तुसीं वधिया तरीके दे नाल ओह सारीआं चीज़ां मेनटेन कीतीआं निहंग सिंघां दीआं जथेबंदीआं दा की कहना सी कल जदों इह घटना होई उस तों बाद उहनां ने की किहा तुहानूं जी बिल्कुल क्लीयर मेरी जिहड़े भाई बलविंदर सिंह ने जिहड़े जिथों इह पोथी जिहड़ी आ चुकी गई है ओह भाई बलविंदर सिंह ने उहनां दा नाम मोया दी मंडी वाले उन्होंने रात मेरी कोई 10-11 का टाइम से उस टाइम तभी मैं उन्होंने को दिन आए नहीं लेट आए थे उन्होंने गलबात हुई है उन्होंने भी यह गल कही है कि ठीक है असी ये जो भी किया है ये गुरु ग्रंथ साहब गुरबाणी के संबंध में उसके सत्कार वजों किया है भी अज तक सानू कितने इंसाफ नहीं मिले तो साढ़े जो भी होगा असं करा वो अपने तो लै रहे हैं और जिन्या जड़िया जथेबंदियां जिस सारा असी नंग सिंह जथेबंदियों मैं मिले हाँ और मेरे नाल डलेवाल साहब भी गए हैं भाई बलवंत सिंह बहराम के भी सी असी उत्थे उन्होंने जाके हैं अपना टांडा साहब भी नाल सी इस तरह मतलब कि 4-5 जे आगू असी उत्थे गए हाँ तो जाके उन्होंने गलबात की है तो वो ये गल मनते हैं कि ये जी घटना जी वापरी आ ये सिर्फ साड़िया भावना जो ठेस लगी आ भी अज तक वो ये भी गल कहें कि सानू इस चीज़ का भी जड़ा है वो मन दे विच गुस्सा है कि अज तक जड़िया कितने घटनावां वापरिया ने उन्हां दा इंसाफ नहीं कितने मिलिया जिस करके असी कीता ते ये असी खुद आप भुगतांगे इहदा किसान मोर्चे दे नाल कोई संबंध नहीं और उन्होंने स्टेटमेंट भी जी रात जदों एक सिंह जिहड़ा आप सिलेंडर किया उन्हें पुलिस अगे सिलेंडर कर गया तो उन्हें यह गल कही है कि यदा मोर्चे के नाल जरा कोई संबंध नहीं है किसानी मोर्चे किसानों कोई संबंध नहीं पैरवी करेंगे या तुसी पैरवी करोगे देखो जी पैरवाई की गल है वह जदों आएगी सारिया जथेबंदियां ये इस केस के समय समय सारा कुछ ही बहुत कुछ होएगा अज ये गल् कह दियाँ नहीं गल् हूँ ये कर संभाल दियाँ मोर्चा जोड़ा है इनू भी संभालना है तो जिथे साड़िया धार्मिक भावनावान कोई ठेस लगती है वही बनाई है सो ये जान बुझ के सरकार जी एजेंसियां जड़िया ने इस मोर्चे को तारपीडो करने इस साजिशा रच रही ने जिदी मिसाल मैं तुम्हें एक नहीं बड़िया जड़िया दी वो तुहाडे सामने ने दस भी दित्तियां तुहानू जिस तरह तारा नगर की गल दसी है मेरठ की इस तरह आनंदपुर साहब की है इस तरह ये सारिया घटनावां जड़िया ने इस मोर्चे तो ध्यान पासे हटाने वास्ते यह सारा कुछ जड़ा किया जा रहा हुण तुसीं मैनूं इह दसो भी एक मुख्यमंत्री वो बयान दिंदा है अपने वर्करां नूं बीजेपी ते आरएसएस दे नूं वर्करां नूं बयान दिंदा 3 अक्तूबर नूं बयान दिंदा है वीडियो वायरल हुई है कि तुसी मीटिंगां छड्डो मीटिंगां च तुहाडे पहले कुछ नहीं पैणा तुसी 500 ते 1000-1000 बंदिआं दे जथे बनाओ डांगां हथ च फड़ो जैसे को तैसा जिहड़ा वो तुसी जवाब दिओ ते जदों तुसी जेल च जाओगे ते जेल चों वापस आओगे ते उस टाइम ते भी तुसी लीडर बन के जिहड़ा वो निकलोगे इस तरह केंद्रीय जिहड़ा राज्य मंत्री आ गृह मंत्री अजय टैनी वो भी बयान जिहड़ा वो 25 तरीक नूं वो बयान दे रहा कि मैनूं तुसी मैं MLA MP मंत्री बाद च ते मैं पहला एक गुंडा सी वो अपने आप गुंडे नूं और गुंडे MLA MP बन जाण ते फिर उन्हां नूं मंत्री बनाया जाए
ਤੇ ਮੰਤਰੀ ਵੀ ਜਿਹੜਾ ਰਾਜਾ ਗ੍ਰਹਿ ਮੰਤਰੀ ਏਡੇ ਵੱਡੇ ਪਦ ਵੀ ਦਿੱਤੇ ਜਾਣ ਔਰ ਉਹਦਾ ਮੁੰਡਾ ਜਿਹੜਾ ਉਹ ਆਪਣੇ ਮੁੰਡੇ ਦੇ ਰਾਹੀਂ ਜਿਹੜਾ 3 ਅਕਤੂਬਰ ਦੀ ਜਿਹੜਾ ਨਰਸਹਾਰ ਹੋਇਆ ਹੈ ਉਹਨੂੰ ਉਹ ਅਨਜ਼ਾਮ ਦਿੰਦਾ ਹੈ। ਸੋ ਇਸੇ ਤਰ੍ਹਾਂ ਪਹਿਲਾਂ ਦਿੱਲੀ ਪ੍ਰਭਾਰੀ ਵਾਲ ਜਿਵੇਂ ਤੁਹਾਨੂੰ ਦੱਸਿਆ ਕਿ ਉਹਦੇ ਵੱਲੋਂ ਜਿਹੜਾ ਸੀ ਆਪਣੇ ਲੈਟਰ ਪੈਡ 'ਤੇ ਚਿੱਠੀ ਲਿਖਣੀ ਔਰ ਜਦੋਂ ਮੈਂ ਉਹ ਸਾਹਮਣੇ ਲਿਆਂਦੀ ਤਾਂ ਉਹ ਮੁੱਕਰ ਗਿਆ। ਇਸੇ ਤਰ੍ਹਾਂ ਹੁਣ ਖੱਟੜ ਵੀ ਮੁੱਕਰ ਗਿਆ। ਇਹ ਆਪਣੇ ਕੰਮ ਕਰਕੇ ਲੋਕਾਂ ਨੂੰ ਭੜਕਾ ਕੇ ਭਾਵਨਾ ਭੜਕਾ ਕੇ ਅਤੇ ਲੋਕਾਂ ਦੇ ਵਿੱਚ ਜਿਹੜਾ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਉਹ ਭੜਕਾ ਰਹੇ ਨੇ ਔਰ ਇਹ ਜੋ ਕੁਛ ਵੀ ਕਰ ਰਹੀ ਆ ਇਹ ਬੀਜੇਪੀ ਅਤੇ RSS ਇਸ ਸਾਡੇ ਅੰਦੋਲਨ ਨੂੰ ਤਾਰ ਪੀਟੋ ਕਰਨ ਵਾਸਤੇ ਇਹ ਨਵੀਂ ਤੋਂ ਨਵੀਆਂ ਸਾਜ਼ਸ਼ਾਂ ਜਿਹੜੀਆਂ ਉਹ ਕਰ ਰਹੇ ਨੇ। ਕਹਿ ਰਹੇ ਨੇ ਕਿ ਪੰਜਾਬ ਜਾਂ ਹੋਰ ਜਿੱਥੇ ਵੀ ਮਹਾਂਪੰਚਾਇਤਾਂ ਹੋ ਰਹੀਆਂ ਜਿੱਥੇ ਵੀ ਕੋਈ ਪ੍ਰੋਗਰਾਮ ਉਲੀਕੇ ਹੋਏ ਨੇ ਉੱਥੇ ਕਿਸੇ ਹੋਰ ਦੀ ਡਿਊਟੀ ਲਾ ਕੇ ਆਪਣੇ ਸੀਨੀਅਰ ਆਗੂਆਂ ਦੀ ਡਿਊਟੀ ਲਾ ਕੇ ਜੋ ਮੁੱਖ ਕਿਸਾਨ ਆਗੂ ਨੇ ਉਹਨਾਂ ਨੂੰ ਮੋਰਚੇ 'ਚ ਆਉਣਾ ਚਾਹੀਦਾ। ਹੁਣ ਤੱਕ ਕਹਿੰਦੇ ਕਿ ਮੋਰਚੇ ਦੇ ਵਿੱਚ 3-4 ਆਗੂ ਹੀ ਨੇ। ਕਿਸ ਤਰ੍ਹਾਂ ਦੇਖਦੇ ਹੋ ਉਸ ਘਟਨਾ ਤੋਂ ਬਾਅਦ ਆਉਣਾ ਚਾਹੀਦਾ ਸੀਗਾ ਕਿਸਾਨ ਆਗੂਆਂ ਨੂੰ ਮੋਰਚੇ ਦੇ ਵਿੱਚ? ਦੇਖੋ ਅਸੀਂ ਉਹਨਾਂ ਨੂੰ ਅੱਜ ਮੈਸੇਜ ਦਿੱਤਾ ਅਤੇ ਹੁਣੇ ਮੈਸੇਜ ਪਾਇਆ ਉਹਨਾਂ ਨੂੰ ਕਿ ਭਾਈ ਤੁਸੀਂ ਇੱਥੇ ਸ਼ਾਮ ਤੱਕ ਜਿਹੜਾ ਇੱਥੇ ਪਹੁੰਚੋ। ਅਤੇ ਮੈਂ ਹਾਂ ਹੁਣ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੇ, ਬਲਵੰਤ ਸਿੰਘ ਬਹਿਰਾਮ ਕੇ ਆ ਅਤੇ ਆਪਣਾ ਟਾਂਡਾ ਸਾਹਿਬ ਨੇ, ਉਹ ਅਸੀਂ ਇੱਥੇ ਹਾਂ ਮੋਰਚੇ ਦੇ ਵਿੱਚ। ਔਰ ਤੁਸੀਂ ਇਹ ਵੀ ਵੇਖਿਆ ਕਿ ਅਸੀਂ ਰਾਤ ਨੂੰ ਵੀ ਜਿਹੜਾ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾ ਰਹੇ ਹਾਂ। ਕੱਲ੍ਹ ਰਾਤ ਵੀ ਅਸੀਂ ਰਹੇ, ਅੱਜ ਰਾਤ ਵੀ ਜਿਹੜਾ ਉਹ ਕੀ ਕਰਨ ਜਾ ਰਹੇ ਹੋ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰ ਸਕਣ ਮੋਰਚੇ ਦੇ ਵਿੱਚ? ਦੇਖੋ ਅਸੀਂ ਇਹਦੇ ਜਿਹੜੇ ਕੋਈ ਕਮੀਆਂ ਪੇਸ਼ੀਆਂ ਨੇ ਉਹਨਾਂ 'ਤੇ ਵੀ ਵਿਚਾਰ ਕਰਾਂਗੇ ਵੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਜਿਹੜਾ ਉਹ ਨਾ ਹੋਵੇ। ਇਹ 'ਤੇ ਵੀ ਵਿਚਾਰ ਚਰਚਾ ਕਰਾਂਗੇ ਅਤੇ ਆਪਣੀ ਜੋ ਜ਼ਿੰਮੇਵਾਰੀ ਸਾਡੀ ਬਣਦੀ ਆ ਹੁਣ ਤੱਕ ਵੀ ਅਸੀਂ ਨਿਭਾਈ ਆ ਅਤੇ ਅੱਗੇ ਵੀ ਅਸੀਂ ਜਿਹੜੀ ਹੈ ਨਿਭਾਵਾਂਗੇ। ਆਖਰੀ ਸਵਾਲ ਹੈ, ਨਿਹੰਗ ਸਿੰਘ ਕਹਿ ਰਹੇ ਕਿ ਘਟਨਾ ਜਿਹੜੀ ਹੈ ਅਸੀਂ ਉਸਨੂੰ ਅੰਜਾਮ ਦਿੱਤਾ ਜੋ ਕੀਤਾ ਠੀਕ ਕੀਤਾ, ਤੁਸੀਂ ਤੁਹਾਡਾ ਮੰਨਣਾ ਕੀ ਇਸ ਨੂੰ ਲੈ ਕੇ? ਇਹ ਸਾਡਾ ਮੰਨਣ ਦੀ ਕਿਹੜੀ ਗੱਲ ਹੈ ਜਦੋਂ ਉਹਨਾਂ ਨੇ ਆਪ ਹੀ ਦਿੱਤਾ? ਉਹ ਗੱਲ ਕਹਿ ਰਹੇ ਨੇ ਕਿ ਅਸੀਂ ਇਹ ਵਿਦਵੀ ਨਹੀਂ ਸਹਾਰ ਸਕੇ, ਇਸ ਕਰਕੇ ਅਸੀਂ ਇਹ ਅੰਜਾਮ ਆਪ ਦਿੱਤਾ। ਇਹ ਗੱਲ ਤਾਂ ਖੁਦ ਮੰਨ ਲਈ, ਪਰ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਮੋਰਚੇ ਦਾ ਹਿੱਸਾ ਨਹੀਂ। ਇਹ ਠੀਕ ਹੈ ਕਿ ਉਹ ਜਥੇਬੰਦੀਆਂ ਦੇ ਵਿੱਚ ਜਿਸ ਤਰ੍ਹਾਂ ਸਾਡੀਆਂ 32 ਜਥੇਬੰਦੀਆਂ ਪੰਜਾਬ ਤੋਂ ਚੱਲੀਆਂ, ਇਸ ਤਰ੍ਹਾਂ ਨਹੀਂ। ਪਰ ਤੁਸੀਂ ਇਹ ਦੱਸੋ ਵੀ ਨਿਹੰਗ ਸਿੰਘ ਜਥੇਬੰਦੀਆਂ ਉਦੋਂ ਤੋਂ ਲੈ ਕੇ ਇੱਥੇ ਬੈਠੇ ਨੇ ਔਰ ਉਹ ਬਾਹਰੋਂ ਰਹਿ ਕੇ ਸਾਡੀ ਸਪੋਰਟ ਕਰ ਰਹੇ ਨੇ। ਇਸੇ ਤਰ੍ਹਾਂ ਕਾਰ ਸੇਵਾ ਵਾਲੇ ਬਾਬੇ, ਉਹਨਾਂ ਲੰਗਰ ਲਾਏ ਨੇ ਇੱਥੇ, ਮੈਡੀਕਲ ਕੈਂਪ ਲੱਗੇ ਹੋਏ ਨੇ ਇੱਥੇ, ਕਿਸ ਤਰ੍ਹਾਂ ਦੀ ਕਿੰਨੀ ਕਿੰਨੀ ਸੇਵਾ ਕੀਤੀ ਜਾ ਰਹੀ ਆ ਅਤੇ ਉਹ ਸਾਰੇ ਮੋਰਚੇ ਨੂੰ ਹੀ ਮਤਲਬ ਕਿ ਜਿਹੜੀ ਆ ਉਹ ਸਪੋਰਟ ਜਿਹੜੀ ਆ ਉਹ ਕਰ ਰਹੇ ਨੇ ਮੋਰਚੇ ਦੇ ਵਾਸਤੇ ਦੀਆਂ। ਅਤੇ ਬਾਕੀ ਹੈ ਵੀ ਚੱਲਦੇ ਕੰਮ ਦੇ ਵਿੱਚ ਐਡਾ ਵੱਡਾ ਅੰਦੋਲਨ ਹੈ, ਐਡੀ ਵੱਡੀ ਗਿਣਤੀ ਵਿੱਚ ਜੇ ਹੁਣ ਅਸੀਂ ਕਹੀਏ ਵੀ ਕੋਈ ਵੀ ਘਟਨਾ ਇਸ ਤਰ੍ਹਾਂ ਦੀ ਨਹੀਂ ਵਾਪਰੀਦੀ, ਅਤੇ ਲੋਕਾਂ ਦੇ ਮਨ 'ਚ ਇਹ ਵੀ ਗੁੱਸਾ ਹੈ ਵੀ ਸਰਕਾਰ ਤਾਂ ਕੀ ਕਹਿੰਦੀ ਆ? ਉਹ ਕਹਿੰਦੀ ਆ ਲਾਠੀਆਂ ਫੜ ਲਓ, ਉਹ ਕਹਿੰਦੀ ਅਸੀਂ ਪਹਿਲਾਂ ਗੁੰਡੇ ਸਾਂ, ਅਤੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਫਿਰ ਜਿਹੜੇ ਨੌਜਵਾਨ ਨੇ, ਹਾਲਾਂਕਿ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਇਹ ਸੰਘਰਸ਼ ਜਿੱਤਣਾ ਅਤੇ ਜਿੱਤਿਆ ਤਾਂ ਜਾਣਾ ਜਿਹਨੂੰ ਸ਼ਾਂਤਮਈ ਰੱਖਾਂਗੇ, ਕਿਉਂਕਿ ਸਾਡਾ ਤਜ਼ਰਬਾ ਹੈ ਹੁਣ ਤੱਕ ਜਿਹੜੇ ਸੰਘਰਸ਼ ਨੇ ਉਹ ਉਹੀ ਜਿੱਤੇ ਜਾਂਦੇ ਨੇ ਜਿਹੜੇ ਸ਼ਾਂਤਮਈ ਰਹਿਣਗੇ। ਜੇ ਅਸੀਂ ਸਿੱਧੀ ਲੜਾਈ ਦੇ ਵਿੱਚ ਆ ਜਾਈਏ, ਜਿਸ ਤਰ੍ਹਾਂ ਸਾਨੂੰ ਉਹ ਉਕਸਾ ਰਹੇ ਨੇ, ਸਾਡੇ ਨੌਜਵਾਨਾਂ ਨੂੰ ਉਕਸਾ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਸਾਡੇ 'ਤੇ ਇਲਜ਼ਾਮ ਲਾ ਰਹੇ ਨੇ, ਉਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਨਾਲ ਜਿਵੇਂ ਕਿ ਅੱਜ ਤੱਕ ਉਹਨਾਂ ਦੀ ਕੋਈ ਸਾਜ਼ਿਸ਼ ਕਾਮਯਾਬ ਨਹੀਂ ਹੋਈ, ਅਤੇ ਫਿਰ ਉਹਨਾਂ ਨੇ ਲਖੀਮਪੁਰ ਜਿਹੜੀ ਖੀਰੀ ਜਿਹੜੀ ਕਾਂਡ ਵਾਪਰਿਆ ਉਸ ਘਟਨਾ ਨੂੰ ਅੰਜਾਮ ਦਿੱਤਾ। ਅਤੇ ਇਸੇ ਤਰ੍ਹਾਂ ਜਿਹੜੀਆਂ ਹੋਰ ਧਾਰਮਿਕ ਸਮਾਂ ਮੇਰ UP ਦੇ ਵਿੱਚ ਜਿਹੜਾ ਉਹ ਤੁਹਾਨੂੰ ਦੱਸਿਆ ਵੀ ਤਾਰਾਨਗਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣੀ ਔਰ ਉਸ ਬੰਦੇ ਨੂੰ ਮੁੜ ਕੇ ਉਹਦੀ ਜ਼ਮਾਨਤ ਹੋ ਜਾਣੀ, ਇਹ ਸਾਰੀਆਂ ਜਿਹੜੀਆਂ ਘਟਨਾਵਾਂ ਇਸ ਮੋਰਚੇ ਵੱਲੋਂ ਧਿਆਨ ਪਾਸੇ ਹਟਾ ਮੀਟਿੰਗ ਕੀਤੀ ਜਾਏਗੀ ਕਿ ਆਉਣ ਵਾਲੇ ਦਿਨਾਂ 'ਚ ਇਹੋ ਜਿਹੀਆਂ ਚੀਜ਼ਾਂ ਨਾ ਆਵਣ? ਬਿਲਕੁਲ, ਇਸ ਚੀਜ਼ 'ਤੇ ਮੀਟਿੰਗ ਕੀਤੀ ਜਾਵੇਗੀ ਔਰ ਸਾਰਿਆਂ ਦਾ ਜਿੱਥੇ ਜਿੱਥੇ ਵੀ ਜੇ ਕੋਈ ਕਮੀ ਪੇਸ਼ੀ ਆ ਉਹ ਮੇਰੇ 'ਚ ਜਾਂ ਕਿਸੇ ਹੋਰ 'ਚ ਹੈ ਉਹ ਅਸੀਂ ਵਿਚਾਰ ਚਰਚਾ ਕਰਕੇ ਅਤੇ ਉਹ ਦੂਰ ਕਰਾਂਗੇ। ਅਸੀਂ ਮੋਰਚੇ ਨੂੰ ਸਮਰਪਿਤ ਹਾਂ ਔਰ ਇਹ ਮੋਰਚਾ ਅਸੀਂ ਸ਼ਾਂਤਮਈ ਸ਼ੁਰੂ ਕੀਤਾ ਸੀ, ਸ਼ਾਂਤਮਈ ਹੁਣ ਤੱਕ ਰੱਖਿਆ, ਸ਼ਾਂਤਮਈ ਰਹੇਗਾ। ਸਰਕਾਰ ਇਹਨੂੰ ਜਿਹੜਾ ਉਹ ਹਿੰਸਕ ਰੂਪ ਦੇਣਾ ਚਾਹੁੰਦੀ ਆ ਅਤੇ ਅਸੀਂ ਇਸ ਕਰਕੇ ਉਹ ਸਰਕਾਰ ਦੀ ਜਿਹੜੀ ਸਾਜ਼ਿਸ਼ ਆ ਹਰ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਰਾਤ ਦਿਨ ਅਸੀਂ ਦ੍ਰਿੜ। ਬਲਦੇਵ ਸਿੰਘ ਸਿਰਸਾ ਹੁਣੇ ਸਾਡੇ ਨਾਲ ਮੌਜੂਦ ਸਨ। ਬਲਦੇਵ ਸਿੰਘ ਸਿਰਸਾ ਹੁਣੇ ਕਹਿ ਰਹੇ ਨੇ ਕਿ ਏਜੰਸੀਆਂ ਨੇ ਸਭ ਕੁਝ ਕੀਤਾ, ਪਲਾਨ ਕਰਕੇ ਸਭ ਕੁਝ ਹੋਇਆ। ਕਹਿ ਰਹੇ ਕਿ ਤਰਨ ਤਾਰਨ ਤੱਕ ਕੋਈ ਬੰਦਾ ਨਹੀਂ ਜਾ ਸਕਦਾ ਸੀ ਆਪਣੇ ਪਿੰਡ ਤੋਂ ਉੱਠ ਕੇ, ਪਰ ਉਹ ਧਰਨੇ ਦੇ ਵਿੱਚ ਪਹੁੰਚ ਗਿਆ ਖੈਰ। ਔਰ ਉਸ ਤੋਂ ਬਾਅਦ ਨਾਲ ਹੀ ਇਹਨਾਂ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ 'ਤੇ ਲੈ ਲਈ ਸੀ ਸਾਰੀ ਗੱਲ ਕਿ ਅਸੀਂ ਇਸ ਘਟਨਾ ਨੂੰ ਜੋ ਵੀ ਹੋਇਆ ਉਸਨੇ ਬੇਅਦਬੀ ਕੀਤੀ ਔਰ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਉਸਨੂੰ ਸਜ਼ਾ ਦੇ ਦਿੱਤੀ ਔਰ ਕਿਸਾਨ ਮੋਰਚੇ ਦਾ ਇਸ ਘਟਨਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਔਰ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੇ ਕਰਕੇ ਬੈਠੀਆਂ ਨੇ, ਸਾਡੇ ਨਾਲ ਬੈਠੀਆਂ ਨੇ, ਪਰ ਬਾਹਰੋਂ ਜਥੇਬੰਦੀਆਂ ਦਾ ਹਿੱਸਾ ਨਹੀਂ, ਪਰ ਬਾਹਰੋਂ ਬਹੁਤ ਸਾਰੇ ਲੋਕ ਸਾਨੂੰ ਸਪੋਰਟ ਕਰ ਰਹੇ ਨੇ, ਉਹਨਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਨੂੰ ਸਪੋਰਟ ਕਰ ਰਹੀਆਂ ਨੇ। ਅਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ, ਇਸ ਨੂੰ ਲੈ ਕੇ ਘੋਖ ਕੀਤੀ ਜਾ ਰਹੀ ਹੈ।
कैमरा परसन शमशेर के नाल विक्रम सिंह प्रो पंजाब टीवी सिंघू बॉर्डर दिल्ली।